ਆ ਦੇਖੋ ਕਿਵੇਂ ਪਲਟ ਗਿਆ ਫਾਇਰ ਬ੍ਰਿਗੇਡ ਦਾ ਟੈਂਕਰ। ਇੱਕ ਲੜਕੀ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਹ ਭਿਆਨਕ ਹਾਦਸਾ ਹੋਇਆ। ਇੱਕਦਮ ਸੜਕ ਤੇ ਪੁੱਠਾ ਹੋ ਗਿਆ। ਐਕਟਿਵਾ ਸਵਾਰ ਕੁੜੀ ਆਪਣੀ ਰਫਤਾਰ ਦੇ ਨਾਲ ਸੜਕ ਤੇ ਆ ਰਹੀ ਸੀ ਔਰ ਉਹ ਵੀ ਮਸਾ ਹੀ ਬਚੀ ਹੈ। ਇਹਨਾਂ ਤਸਵੀਰਾਂ ਨੂੰ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੇ ਲੋਕਾਂ ਦੀ ਇੱਥੇ ਜਾਨ ਬਚੀ ਔਰ ਕਿੰਨਾ ਇਹ ਭਿਆਨਕ ਸੜਕੀ ਹਾਦਸਾ ਸੀ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ। ਪੁਲਿਸ ਦੇ ਵੱਲੋਂ ਡਰਾਈਵਰ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਔਰ ਫਾਇਰ ਬ੍ਰਿਗੇਡ ਦਾ ਇਹ ਟਰੱਕ ਸੀ ਔਰ ਸਾਰਾ ਪਾਣੀ ਆ ਜਿਹੜਾ ਉਹ ਸੜਕ ਤੇ ਹੀ ਡੁੱਲ ਗਿਆ। ਤਾਂ ਵਡੋਂਦਰਾ ਦੀ ਇਹ ਘਟਨਾ ਹੈ ਜਿੱਥੇ ਗਣੇਸ਼ ਨਗਰ ਟੀਨ ਰੋਡ ਤੇ ਇਹ ਭਿਆਨਕ ਹਾਦਸਾ ਹੋਇਆ। ਐਕਟਿਵਾ ਸਵਾਰ ਲੜਕੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਔਰ ਅੱਗੇ ਜਾ ਕੇ ਸੜਕ ਤੇ ਹੀ ਪਲਟ ਗਿਆ। ਇੱਕ ਲੜਕੀ ਇਸ ਦੇ ਨਾਲ ਥੋੜਾ ਟਕਰਾਈ ਔਰ ਉਸਦੇ ਪਿੱਛੇ ਦੋ ਬਾਈਕ ਸਵਾਰ ਸੀ ਉਹ ਵੀ ਇੱਕਦਮ ਸਾਈਡ ਤੇ ਹੋ ਗਏ, ਪਰ ਜਿਹੜੀ ਲੜਕੀ ਆ ਐਕਟਿਵਾ ਸਵਾਰ ਉਹ ਮੁੱਦੇ ਮੂੰਹ ਸੜਕ ਤੇ ਡਿੱਗ ਪਈ। ਇੰਨਾ ਸ਼ੁਕਰ ਕਿ ਇਹ ਟੈਂਕਰ ਆ ਜਿਹੜਾ ਉਸ ਲੜਕੀ ਤੇ ਨਹੀਂ ਪਲਟਿਆ, ਥੋੜਾ ਜਿਹਾ ਬਚਾ ਰਹਿ ਗਿਆ। ਔਰ ਮੌਕੇ ਤੇ ਪੁੱਜੀ ਪੁਲਿਸ ਨੇ ਟੈਂਕਰ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਔਰ ਡਰਾਈਵਰ ਦੇ ਖਿਲਾਫ ਪਰਚਾ ਦਰਜ ਕਰ ਲਿਆ। ਔਰ ਇਸ ਘਟਨਾ ਦੇ ਨਾਲ ਕਾਫੀ ਸਮਾਂ ਇੱਥੇ ਲੰਮਾ ਜਾਮ ਵੀ ਲੱਗ ਪਿਆ। ਤਾਂ ਖੁਸ਼ਕਿਸਮਤੀ ਸੀ ਇਹ ਐਕਟਿਵਾ ਸਵਾਰ ਲੜਕੀ ਜਿਸਦੀ ਇਸ ਭਿਆਨਕ ਹਾਦਸੇ ਦੇ ਵਿੱਚ ਜਾਨ ਬਚੀ ਹੈ ਔਰ ਪੂਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ। ਇਸ ਤਰੀਕੇ ਦੇ ਨਾਲ ਇੱਕ ਐਕਟਿਵਾ ਸਵਾਰ ਕੁੜੀ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਸੜਕ ਤੇ ਫਾਇਰ ਬ੍ਰਿਗੇਡ ਦਾ ਇਹ ਟੈਂਕਰ ਪਲਟ ਗਿਆ, ਪਾਣੀ ਸੜਕ ਤੇ ਡੁੱਲ ਗਿਆ ਔਰ ਇੱਕ ਐਕਟਿਵਾ ਸਵਾਰ ਕੁੜੀ ਜੋ ਆਪਣੀ ਰਫਤਾਰ ਦੇ ਨਾਲ ਆ ਰਹੀ ਸੀ ਉਸਦੀ ਇਸ ਟੈਂਕਰ ਦੇ ਨਾਲ ਟੱਕਰ ਹੋਈ ਔਰ ਇੱਕਦਮ ਉਹ ਪਿੱਛੇ ਹਟ ਗਈ। ਇੰਨਾ ਸ਼ੁਕਰ ਕਿ ਇਹ ਟੈਂਕਰ ਉਸ ਕੁੜੀ ਦੇ ਉੱਤੇ ਨਹੀਂ ਪਲਟਿਆ। ਪਰ ਇਹ ਤਸਵੀਰਾਂ ਹੈਰਾਨ ਕਰ ਦੇਣ ਵਾਲੀਆਂ ਨੇ ਕਿਸ ਤਰੀਕੇ ਦੇ ਨਾਲ ਇਹ ਭਿਆਨਕ ਹਾਦਸਾ ਹੋਇਆ। ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਆ ਦੇਖੋ ਕਿਵੇਂ ਪਲਟ ਗਿਆ ਫਾਇਰ ਬ੍ਰਿਗੇਡ ਦਾ ਟੈਂਕਰ। ਇੱਕ ਲੜਕੀ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਹ ਭਿਆਨਕ ਹਾਦਸਾ ਹੋਇਆ। ਇੱਕਦਮ ਸੜਕ ਤੇ ਪੁੱਠਾ ਹੋ ਗਿਆ। ਐਕਟਿਵਾ ਸਵਾਰ ਕੁੜੀ ਆਪਣੀ ਰਫਤਾਰ ਦੇ ਨਾਲ ਸੜਕ ਤੇ ਆ ਰਹੀ ਸੀ ਔਰ ਉਹ ਵੀ ਮਸਾ ਹੀ ਬਚੀ ਹੈ। ਇਹਨਾਂ ਤਸਵੀਰਾਂ ਨੂੰ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੇ ਲੋਕਾਂ ਦੀ ਇੱਥੇ ਜਾਨ ਬਚੀ ਔਰ ਕਿੰਨਾ ਇਹ ਭਿਆਨਕ ਸੜਕੀ ਹਾਦਸਾ ਸੀ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ। ਪੁਲਿਸ ਦੇ ਵੱਲੋਂ ਡਰਾਈਵਰ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਔਰ ਫਾਇਰ ਬ੍ਰਿਗੇਡ ਦਾ ਇਹ ਟਰੱਕ ਸੀ ਔਰ ਸਾਰਾ ਪਾਣੀ ਆ ਜਿਹੜਾ ਉਹ ਸੜਕ ਤੇ ਹੀ ਡੁੱਲ ਗਿਆ। ਤਾਂ ਵਡੋਂਦਰਾ ਦੀ ਇਹ ਘਟਨਾ ਹੈ ਜਿੱਥੇ ਗਣੇਸ਼ ਨਗਰ ਟੀਨ ਰੋਡ ਤੇ ਇਹ ਭਿਆਨਕ ਹਾਦਸਾ ਹੋਇਆ। ਐਕਟਿਵਾ ਸਵਾਰ ਲੜਕੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਔਰ ਅੱਗੇ ਜਾ ਕੇ ਸੜਕ ਤੇ ਹੀ ਪਲਟ ਗਿਆ। ਇੱਕ ਲੜਕੀ ਇਸ ਦੇ ਨਾਲ ਥੋੜਾ ਟਕਰਾਈ ਔਰ ਉਸਦੇ ਪਿੱਛੇ ਦੋ ਬਾਈਕ ਸਵਾਰ ਸੀ ਉਹ ਵੀ ਇੱਕਦਮ ਸਾਈਡ ਤੇ ਹੋ ਗਏ, ਪਰ ਜਿਹੜੀ ਲੜਕੀ ਆ ਐਕਟਿਵਾ ਸਵਾਰ ਉਹ ਮੁੱਦੇ ਮੂੰਹ ਸੜਕ ਤੇ ਡਿੱਗ ਪਈ। ਇੰਨਾ ਸ਼ੁਕਰ ਕਿ ਇਹ ਟੈਂਕਰ ਆ ਜਿਹੜਾ ਉਸ ਲੜਕੀ ਤੇ ਨਹੀਂ ਪਲਟਿਆ, ਥੋੜਾ ਜਿਹਾ ਬਚਾ ਰਹਿ ਗਿਆ। ਔਰ ਮੌਕੇ ਤੇ ਪੁੱਜੀ ਪੁਲਿਸ ਨੇ ਟੈਂਕਰ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਔਰ ਡਰਾਈਵਰ ਦੇ ਖਿਲਾਫ ਪਰਚਾ ਦਰਜ ਕਰ ਲਿਆ। ਔਰ ਇਸ ਘਟਨਾ ਦੇ ਨਾਲ ਕਾਫੀ ਸਮਾਂ ਇੱਥੇ ਲੰਮਾ ਜਾਮ ਵੀ ਲੱਗ ਪਿਆ। ਤਾਂ ਖੁਸ਼ਕਿਸਮਤੀ ਸੀ ਇਹ ਐਕਟਿਵਾ ਸਵਾਰ ਲੜਕੀ ਜਿਸਦੀ ਇਸ ਭਿਆਨਕ ਹਾਦਸੇ ਦੇ ਵਿੱਚ ਜਾਨ ਬਚੀ ਹੈ ਔਰ ਪੂਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ। ਇਸ ਤਰੀਕੇ ਦੇ ਨਾਲ ਇੱਕ ਐਕਟਿਵਾ ਸਵਾਰ ਕੁੜੀ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਸੜਕ ਤੇ ਫਾਇਰ ਬ੍ਰਿਗੇਡ ਦਾ ਇਹ ਟੈਂਕਰ ਪਲਟ ਗਿਆ, ਪਾਣੀ ਸੜਕ ਤੇ ਡੁੱਲ ਗਿਆ ਔਰ ਇੱਕ ਐਕਟਿਵਾ ਸਵਾਰ ਕੁੜੀ ਜੋ ਆਪਣੀ ਰਫਤਾਰ ਦੇ ਨਾਲ ਆ ਰਹੀ ਸੀ ਉਸਦੀ ਇਸ ਟੈਂਕਰ ਦੇ ਨਾਲ ਟੱਕਰ ਹੋਈ ਔਰ ਇੱਕਦਮ ਉਹ ਪਿੱਛੇ ਹਟ ਗਈ। ਇੰਨਾ ਸ਼ੁਕਰ ਕਿ ਇਹ ਟੈਂਕਰ ਉਸ ਕੁੜੀ ਦੇ ਉੱਤੇ ਨਹੀਂ ਪਲਟਿਆ। ਪਰ ਇਹ ਤਸਵੀਰਾਂ ਹੈਰਾਨ ਕਰ ਦੇਣ ਵਾਲੀਆਂ ਨੇ ਕਿਸ ਤਰੀਕੇ ਦੇ ਨਾਲ
ਇਹ ਭਿਆਨਕ ਹਾਦਸਾ ਹੋਇਆ। ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।